ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਪਰਮੇਸ਼ਰ ਦਰਬਾਰ ਸੇਤ ਸੁਧਾਰ ਮਿਸ਼ਨ ਦੇ ਤਹਿਤ ਅੱਜ ਮੈਂ ਆਪ ਜੀ ਦੇ ਵਿੱਚ ਇੱਕ ਐਸੀ ਦੇਸੂ ਦੇਸੀ ਘਰੇਲੂ ਨੁਕਸਾ ਐਸੀ ਇੱਕ ਕਹਿ ਲੋ ਵੀ ਸੌਖਾ ਤਰੀਕਾ ਜਿਹੜੀਆਂ ਚੀਜ਼ਾਂ ਨੂੰ ਅਸੀਂ ਛੜਾ ਦਿੱਤਾ ਹੈ ਉਨਾ ਬਾਰੇ ਥੋੜਾ ਜਿਹਾ ਤੁਹਾਨੂੰ ਮੈਂ ਗਿਆਨ ਦੱਸਦਿਆਂ ਕਈ ਸ਼ਿਕਾਇਤਾਂ ਆਈਆਂ ਨੇ ਵੀ ਬੁੱਲ ਫਟ ਜਾਂਦੇ ਆ ਚਿਹਰੇ ਤੇ ਰੁੱਖਾਪਨ ਜਾਦੇ, ਸਰੀਰ ਤੇ ਰੁੱਖਾਪਨ ਜਾਦੇ, ਬਾਹਾਂ ਤੇ ਰੁੱਖਾਪਨ ਜਾਦੇ ਜਾਦੇ ਜਿਵੇਂ ਸਿਕਰੀ ਜੀ ਨਹੀਂ ਆਉਂਦੀ ਇਦਾਂ ਰੁੱਖਾਪਨ ਜਾਂ ਜ਼ਿਆਦਾ ਆ ਜਾਂਦਾ ਹੈ। ਖੁਸ਼ਕੀ ਜ਼ਿਆਦਾ ਆ ਜਾਂਦੀ ਹੈ ਸਰੀਰ 'ਚ। ਇਹਦਾ ਬੜਾ ਸੌਖਾ ਇਲਾਜ ਹੈ ਜੇ ਤੁਹਾਡੇ ਕੋਲ ਤੁਸੀਂ ਕਰੋ ਦੇਸੀ ਚੀਜ਼ਾਂ ਤੁਸੀਂ ਛੱਡ ਦਿੱਤੀਆਂ ਨੇ। ਮੈਂ ਤੁਹਾਨੂੰ ਦੱਸ ਦਿਨਾ। ਜਦੋਂ ਤੁਸੀਂ ਇਸ਼ਨਾਨ ਕਰਦੇ ਹੋ ਨਹਾਉਨੇ ਹੋ ਤੁੰਨੀ ਦੇ ਵਿੱਚ ਸਰੋਂ ਦਾ ਤੇਲ ਲਾਉਣਾ ਸ਼ੁਰੂ ਕਰਦੋ ਹਰ ਰੋਜ਼ ਜਦੋਂ ਨਹਾਓ ਤੁੰਨੀ ਦੇ ਵਿੱਚ ਆਪਣੀ ਦੇ ਸਰੋਂ ਦਾ ਤੇਲ ਲਾਉਣਾ ਸ਼ੁਰੂ ਕਰਦੋ ਇਹਦੇ ਨਾਲ ਤੁਹਾਡੀ ਸਰੀਰ ਤੇ ਕਿਤੇ ਵੀ ਖੁਸ਼ਕੀ ਨਹੀਂ ਰਹੇਗੀ ਜ਼ਿੰਦਗੀ ਚ ਬੁੱਲਣ ਨਹੀਂ ਕਦੇ ਫਟਣਗੇ ਚਿਹਰੇ ਤੇ ਖੁਸ਼ਕੀ ਨਹੀਂ ਆਉਂਦੀ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਅਪਣਾਓ ਤੁਸੀਂ ਇਸ ਚੀਜ਼ ਨੂੰ ਸ਼ੁਰੂ ਕਰ ਦੋ ਦੇਸੀ ਤਰੀਕੇ ਨੂੰ ਜ਼ਿੰਦਗੀ 'ਚ ਤੁਹਾਡੇ ਕਦੇ ਬੋਲਣੀ ਫਟਦੇ ਕਦੇ ਖੁਸ਼ੀ ਕਿੰਨੀ ਆਉਂਦੀ ਹਰ ਰੋਜ਼ ਨੌਣ ਵੇਲੇ ਸਰੋਂ ਦਾ ਤੇਲ ਤੁੰਣੀ ਦੇ ਵਿੱਚ ਲਾਉਣਾ ਸ਼ੁਰੂ ਕਰੋ ਇਸ ਤਰੀਕੇ ਨੂੰ ਆਗਰ ਤੋਂ ਹੋਰਾਂ ਨੂੰ ਅੱਗੇ ਗਿਆਨ ਦਿਓ ਕੁਦਰਤ ਦੇ ਵਿੱਚ ਸਾਡੀ ਹਰ ਇੱਕ ਚੀਜ਼ ਦਾ ਇਲਾਜ ਹੈ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ ਜਿਹੜਾ ਕੁਸ਼ ਕੁਦਰਤ ਐ ਵਿੱਚ ਐ ਉਹ ਤੁਹਾਡੇ ਸਰੀਰ 'ਚ ਵੀ ਐ ਤੇ ਤੁਹਾਡੇ ਸਰੀਰ 'ਚ ਜੇ ਕੋਈ ਕਮੀ ਆਉਂਦੀ ਐ ਇਹਨੂੰ ਪੂਰੀ ਵੀ ਕੁਦਰਤ ਦੇ ਵਿੱਚ ਅਸੀਂ ਕਰ ਸਕਦੇ ਆਂ ਹਰ ਇੱਕ ਤੱਤ ਤੁਹਾਡੇ ਸਰੀਰ ਦਾ ਕੁਦਰਤ ਚੋਂ ਪੂਰਾ ਹੋਏਗਾ ਪਰ ਗਿਆਨ ਕੁਦਰਤ ਦੇ ਵਿੱਚ ਗਿਆਨ ਹੋਣਾ ਤੁਹਾਨੂੰ ਲਾਜ਼ਮੀ ਹੈ ਜਿੱਥੇ ਤੱਕ ਆਪਾਂ ਖੋਜ ਕਰ ਰਹੀਆਂ ਜਿੱਥੇ ਤੱਕ ਮੈਂ ਤੁਹਾਨੂੰ ਦੱਸ ਰਿਹਾ ਇਨ੍ਹਾਂ ਨੂੰ ਵਰਤੋ ਇਨ੍ਹਾਂ ਦਾ ਲਾਭ ਲਓ ਹੋਰਾਂ ਨੂੰ ਦੱਸੋ ਤਾਂ ਜੋ ਸਾਡਾ ਅਸੀਂ ਆਪਣੇ ਡਾਕਟਰਾਂ ਬਣ ਸਕੀਏ ਆਪਣੀ ਬਾਡੀ ਦੀ ਆਪ ਦੇਖ ਰੇ ਕਰ ਸਕੀਏ ਹੋਰ ਸਾਡੀ ਲੁੱਟ ਤੋਂ ਬਚੀਏ ਜੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ